ਹਾਲ ਤਾਂ ਇਸ ਨੂੰ ਪਤਾ ਨਹੀਂ ਐਸਤਾਂ ਦਾ ਸਿਰਫ ਮੋਦੀ ਦੇ ਗਾਣੇ ਪੈਂਦੀਆਂ ਨੇ ਚਾਹੇ ਛੋਟੇ ਬੱਚੇ ਨੂੰ ਸੁਣ ਲਓ ਚਾਹੇ ਵੱਡੇ ਨੂੰ ਸੁਣ ਲਓ ਇੱਕੋ ਚੀਜ਼ ਸੁਣਨ ਨੂੰ ਮਿਲਦੀ ਐ ਕਿ ਮੋਦੀ ਕਮੀਨਾ ਮੋਦੀ ਕੁੱਤਾ ਪਤਾ ਨਹੀਂ ਜੋ ਜੋ ਦਿਲ ਕਰਦਾ ਹਰ ਬੰਦਾ ਉਹ ਗਾਣੇ ਕੱਢਦਾ ਪਿਆ ਹੁਣ ਆਵਾਜ਼ ਠੋਣੀ ਜ਼ਰੂਰੀ ਸੀ ਐਂਡ ਜੇ ਹੁਣ ਨਾ ਠਾਉਂਦੇ ਤੇ ਇਹ ਜਿਹੜਾ ਸਰਕਾਰ ਐ ਮੋਦੀ ਸਰਕਾਰ ਐ ਇੰਨੀ ਤਾਨਾਸ਼ਾਹੀ ਹੋ ਜਾਣੀ ਸੀ ਕਿ ਇਹ ਮੁੜ ਕੇ ਸਾਥ ਕੋਨਟਰੋਲ ਨਹੀਂ ਹੋਣਾ ਸੀ ਹੁਣ ਟਾਈਮ ਤਾਂ ਜ਼ਰੂਰ ਲੱਗ ਜੂ ਜਿੰਨਾ ਕੁ ਵੀ ਲੱਗਦਾ ਐ ਲੇਕਿਨ ਹੁਣ ਇਹ ਤੋਂ ਬਾਅਦ ਕੋਈ ਤਾਨਾਸ਼ਾਹੀ ਦੁਆਰਾ ਕਰੂ ਨਹੀਂ ਰਹਾ ਕਦੇ ਨਿੱਕੂ ਨੇ ਆਵਾਜ਼ ਮਾਰੀ ਸੀ ਪ੍ਰਦੇਸ਼ ਬੈਠੇ ਨੂੰ ਵੀ ਭਾਈ ਘਰੇ ਮੁੜਿਆ ਸੱਜਣਾ ਨਸੀਬੋ ਚੇਤੇ ਕਰਦੀ ਆ ਹੁਣ ਜਿਹੜੇ ਇੱਥੇ ਬੈਠੇ ਨੇ ਕਿਸਾਨ ਇਹਨਾਂ ਦੀ ਨਸੀਬੋ ਨਹੀਂ ਘਰੇ ਯਾਦ ਕਰਦੀ ਹਾਤਾ ਸਾਨੂੰ ਪਤਾ ਕਿ ਅੰਦੋਲਨਾਂ 2 ਮਹੀਨੇ ਨਹੀਂ 4 ਮਹੀਨੇ 6 ਮਹੀਨੇ ਹੋ ਜਾਊਗਾ ਕਿੰਨਾ ਲੰਬਾ ਕਿਉਂਕਿ ਜੇ ਹੁਣ ਅਸੀਂ ਉੱਠ ਗਏ ਇਥੋਂ ਹੁਣ ਸਾਨੂੰ ਆਪ ਦੇ ਘਰਾਂ ਦਾ ਫਿਕਰ ਪੈ ਗਿਆ ਨਾ ਮੁੜ ਕੇ ਸਾਰੀ ਜ਼ਿੰਦਗੀ ਲੋਟ ਨਹੀਂ ਹੋਣਾ ਐਂਡ ਅਸੀਂ ਕਿੰਨੇ ਪਿੱਛੇ ਚਲੇ ਜਾਵਾਂਗੇ ਅਸੀਂ ਸੋਚਉਂ ਨਹੀਂ ਸਕਦੇ ਵੱਡੇ ਵੱਡੇ ਰਾਜਿਆਂ ਦੇ ਧੌਣ ਚੋਂ ਕਿਲੇ ਨਿਕਲ ਨਿਕਲੇ ਨੇ ਕਿਸਾਨ ਕਹਿੰਦੇ ਨੇ ਵੀ ਕਿਲਾ ਕੱਟ ਕੇ ਜਾਵਾਂਗੇ ਕੱਟ ਕੇ ਜਾਣਗੇ ਕਿਸਾਨਾਂ ਦਾ ਕੰਮ ਕਿਲਿਆਂ ਨਾਲ ਵਾਪੈਂਦਾ ਕਿਸਾਨਾਂ ਦਾ ਰੋਜ਼ ਕਿਵੇਂ ਲੱਗਦਾ ਤੰਬੂ ਦੇ ਵਿੱਚ ਪੈਣਾ ਕਦੇ ਵੱਡੇ ਵਧੀਆ ਹੋਟਲਾਂ ਦੇ ਵਿੱਚ ਰਹਿੰਦੇ ਹੋਵੋਗੇ ਕਦੇ ਵਧੀਆ ਕੋਠੀਆਂ ਦੇ ਵਿੱਚ ਰਹਿੰਦੇ ਹੋਵੋਗੇ ਹੁਣ ਤੰਬੂ ਦੇ ਵਿੱਚ ਪੈਣਾ ਪੈਂਦਾ ਤੁਸੀਂ ਕਿਹ ਪਿੱਛੇ ਤੰਬੂ 'ਚ ਰਹਿ ਗਿਆ ਸਾਡਾ ਪਛੋਕੜਾ ਸਾਡਾ ਸਾਰਿਆਂ ਦਾ ਸੀ ਪਿੰਡ ਵਾਲਿਆਂ ਅਸੀਂ ਇਹ ਸਾਰੇ ਨਜ਼ਾਰੇ ਪਹਿਲਾਂ ਤੋਂ ਦੇਖੇ ਨੇ ਗਰੀਬੀ ਤੋਂ ਉੱਠ ਕੇ ਸਾਰੇ ਉੱਪਰ ਨੂੰ ਆਇਆ ਸੋ ਤੰਬੂਆਂ 'ਚ ਪੈ ਕੇ ਵੀ ਕੋਈ ਐਦਾਂ ਨਹੀਂ ਫੀਲ ਹੁੰਦਾ ਸਗੋਂ ਮੈਨੂੰ ਲੱਗਦਾ ਰਾਤ ਤੰਬੂ 'ਚ ਪੈ ਕੇ ਜ਼ਿਆਦਾ ਵਧੀਆ ਨਹੀਂ ਲੱਗਿਆ ਸਤਸਿਆ ਕਾਲ ਜੀ ਕੁੰਡਲੀ ਬਾਰਡਰ ਤੇ ਮੌਜੂਦ ਹਾਂ ਤੁਸੀਂ ਸੁਰਖਾਵ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਗੈਕਾ ਨੇ ਧੂੜ ਭਰਾਈ ਹੋਈ ਹੈ ਇੱਥੇ ਯੋਗਦਾਨ ਪਾਉਣ ਦੇ ਵਿੱਚ ਕਾਲੀ ਬਹੁਤ ਜ਼ਿਆਦਾ ਹੈ ਤੇ ਵੀਰ ਇੰਦਰਜੀਤ ਸਿੰਘ ਜੀ ਨਿੱਕੂ ਸਾਡੇ ਨਾਲ ਮੌਜੂਦ ਨੇ ਅਸੀਂ ਰਸਤੇ 'ਚ ਹੀ ਘੇਰ ਲਏ ਤੇ ਆ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਏ 2 ਮਿੰਟ ਇਹਨਾਂ ਤੋਂ ਲੈਣੇ ਆ ਤੇ ਗੱਲਬਾਤ ਕਰਨੀ ਆ ਜਲਦੀ ਇਹਨਾਂ ਨੂੰ ਵੀ ਬੜੀ ਹੈ ਕਿਉਂਕਿ ਇਹਨਾਂ ਨੇ ਸਟੇਜ ਦੇ ਉੱਪਰ ਜਾ ਕੇ ਜਿਹੜਾ ਹੈਗਾ ਉਹ ਪਹਿਲੇ ਦਿਨ ਤੋਂ ਇੱਥੇ ਪਹੁੰਚ ਰਹੇ ਨੇ ਜੀ ਵੀਰ ਜੀ ਕਿਵੇਂ ਲੱਗ ਰਿਹਾ ਇੱਥੇ ਦਾ ਮਾਹੌਲ ਅਸੀਂ ਤੁਹਾਨੂੰ ਰਾਹ ਦੇ ਵਿੱਚ ਘੇਰ ਲਿਆ ਪਹਿਲਾਂ ਤੇ ਸੌਰੀ ਫੀਲ ਕਰਦੇ ਆ ਕੋਈ ਟੈਨਸ਼ਨ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਜੀ ਇਹ ਜਿਹੜਾ ਅੰਦੋਲਨ ਚੱਲਦਾ ਇਹ ਸਾਰਿਆਂ ਨੂੰ ਪਤਾ ਹੈ ਕਿ ਸਭ ਲਈ ਕਿੰਨਾ ਜ਼ਰੂਰੀ ਹੈ 26 ਜਨਵਰੀ ਤੋਂ ਬਾਅਦ ਹੁਣ ਜ਼ਿਆਦਾ ਜ਼ਰੂਰੀ ਹੋ ਗਿਆ ਸਾ ਸਗੋਂ ਹੁਣ ਤਾਂ ਡਿਊਟੀਆਂ ਬਣ ਲਈਏ ਕਿ ਜੇ 10 ਬੰਦੇ ਆਉਂਦੇ ਨੇ 10 ਵਾਪਸ ਜਾਂਦੇ ਨੇ ਇਹ ਕਾਰਵਾ ਟੁੱਟੇ ਨਾ ਹੁਣ ਜਿਵੇਂ ਲੋਕ ਪਹਿਲਾਂ ਪੰਜਾਬ ਚ ਕਹਿੰਦੇ ਸੀ ਜਾਂ ਹਰਿਆਣਾ ਚ ਕਹਿੰਦੇ ਸੀ ਕਿ ਉੱਥੇ ਲਾਠੀ ਚਾਰਜ ਹੋ ਗਿਆ ਜੀ ਤੇ ਲੋਕ ਵਾਪਸ ਆ ਗਏ ਮੈਂ ਉਹ ਤੋਂ ਬਾਅਦ ਹੁਣ ਤਾਂ ਹੀ ਵਾਪਸ ਆ ਸਾਡੇ ਪਿੰਡੋਂ ਜਸੜ ਪਿੰਡ ਤੋਂ ਸਾਡਾ ਕਾਫੀ ਕਾਫਲਾ ਹੋਰ ਸਾਡੇ ਦੋਸਤ ਭੈਤਰ ਕਾਫੀ ਆਏ ਨੇ ਹੁਣ ਪਿੱਛੇ ਤੰਬੂ ਲਾਇਨ ਮੇ ਰਾਤ ਤੰਬੂ ਉੱਚੀ ਸੀਗਾ ਕੋਈ ਰੌਲਾ ਨਹੀਂ ਇੱਥੇ ਕੋਈ ਤੁਸੀਂ ਵੀ ਦੇਖਦੇ ਹੋ ਇੱਥੇ ਗਰਾਊਂਡ ਜ਼ੀਰੋ ਤੁਹਾਨੂੰ ਸਾਰੀ ਖਬਰਾਂ ਦਿੰਨੇ ਆਂ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਰੌਲਾ ਨਹੀਂ ਪਹਿਲਾਂ ਵਾਂਗੂ ਹੀ ਬਹੁਤ ਸ਼ਾਂਤੀਪੂਰਵਕ ਅੰਦolan ਚੱਲਦਾ ਕਾਬਲੇ ਤਰੀਫ ਹੈ ਸਾਡੇ ਕਿਸਾਨ ਭਰਾ ਕਿ ਕੋਈ ਇਹਦੇ ਵਿੱਚ ਹੁੱਲੜਬਾਜੀ ਨਹੀਂ ਸਾਰੇ ਬੰਦੇ ਇੱਕ ਦੂਜੇ ਨੂੰ ਆਪ ਮੈਨੇਜ ਕਰਦੇ ਪੈਣਾ ਜੀ ਜੀ ਕਿਵੇਂ ਲੱਗਦਾ ਤੰਬੂ ਦੇ ਵਿੱਚ ਪੈਣਾ ਕਦੇ ਵੱਡੇ ਵਧੀਆ ਹੋਟਲਾਂ ਦੇ ਵਿੱਚ ਰਹਿੰਦੇ ਹੋਗੇ ਕਦੇ ਵਧੀਆ ਕੋਠੀਆਂ ਦੇ ਵਿੱਚ ਰਹਿੰਦੇ ਹੋਮਗੇ ਹੁਣ ਤੰਬੂ ਦੇ ਵਿੱਚ ਪੈਣਾ ਪੈਂਦਾ ਤੁਸੀਂ ਕਹਿੰਦੇ ਪਿੱਛੇ ਤੰਬੂ 'ਚ ਰਹਿ ਗਿਆ ਐਕਚੁਅਲੀ ਜਿਹੜਾ ਸਾਡਾ ਪਛੋਕੜਾ ਸਾਡਾ ਸਾਰਿਆਂ ਦਾ ਸੀ ਪਿੰਡਾਂ ਵਾਲਿਆਂ ਅਸੀਂ ਇਹ ਸਾਰੇ ਨਜ਼ਾਰੇ ਪਹਿਲਾਂ ਤੋਂ ਹੀ ਦੇਖੇ ਨੇ ਗਰੀਬੀ ਤੋਂ ਉੱਠ ਕੇ ਸਾਰੇ ਉੱਪਰ ਨੂੰ ਆਇਆ ਸੋ ਤੰਬੂਆਂ 'ਚ ਪੈ ਕੇ ਵੀ ਕੋਈ ਐਦਾਂ ਨਹੀਂ ਫੀਲ ਹੁੰਦਾ ਸਗੋਂ ਮੈਨੂੰ ਲੱਗਦਾ ਰਾਤ ਅੰਬੂਜ 'ਚ ਪੈ ਕੇ ਜ਼ਿਆਦਾ ਵਧੀਆ ਨਹੀਂ ਨੀਂਦ ਆਈ ਹੈ। ਹੋਟਲ 'ਚ ਪੈ ਕੇ ਟੈਨਸ਼ਨ ਰਹਿੰਦੀ ਆ ਯਾਰ ਸਵੇਰੇ ਜਾਣਾ ਕਿਵੇਂ ਹੋਣਾ ਮਾਲਕੀ ਨਹੀਂ ਹੋਣਾ। ਯਾਨੀ ਕਿ ਹੁਣ ਫ੍ਰੀਮੈਂਡ ਹੋ ਤੁਸੀਂ। ਪਿਛਲੀ ਵਾਰ ਹੋਟਲ 'ਚੋਂ ਨਿਕਲ ਕੇ ਜਦੋਂ ਬਾਹਰ ਨਿਕਲੇ ਆ ਠੰਡ ਸੀ ਅੰਦਰ ਹੀਟਰ ਸੀਗੇ ਮੈਂ ਇੰਨਾ ਕ ਬਿਮਾਰ ਹੋ ਗਿਆ ਸੀ ਤੇ ਮੈਂ ਬਹੁਤ 10-12 ਦਿਨ ਠੀਕ ਨਹੀਂ ਹੋਇਆ। ਇਸ ਵਾਰ ਉਹ ਮੋਹਾਲ ਅੰਦਰ ਵੀ ਤੰਬੂ ਜੀ ਹੋਈ ਸੀ ਬਾਹਰ ਵੀ ਹੋਈ ਸੀ ਫਰਕ ਹੀ ਨਹੀਂ ਪਿਆ ਉਦਾਂ ਦੇ ਨਿਕਲ ਕੇ ਬਾਹਰ ਆ ਗਏ ਜਦੋਂ ਲੋਕਾਂ 'ਚ ਵਿਚਰਦੇ ਹੋ ਤੁਹਾਡੇ ਨਾਲ ਤੁਹਾਡੇ ਹਾਂ ਪ੍ਰਮਾਣ ਦੇ ਬੈਠਦੇ ਨੇ ਜਾਂ ਬਜ਼ੁਰਗਾਂ 'ਚ ਵਿਚਰਦੇ ਹੋ ਕਿਦਾਂ ਦੀਆਂ ਗੱਲਾਂ ਚੱਲਦੀਆਂ ਲੋਕਾਂ ਦੇ ਵਿੱਚ ਕੀ ਮਖੌਲ ਕਰਦੇ ਨੇ ਇੱਕ ਦੂਜੇ ਨੂੰ ਮਖੌਲ ਤਾਂ ਇਸ ਟਾਈਮ ਪਤਾ ਨਹੀਂ ਐਸ ਟਾਈਮ ਤਾਂ ਸਿਰਫ ਮੋਦੀ ਦੇ ਗਾਣੇ ਪੈਂਦੀਆਂ ਨੇ ਚਾਹੇ ਛੋਟੇ ਬੱਚੇ ਨੂੰ ਸੁਣ ਲਓ ਚਾਹੇ ਵੱਡੇ ਨੂੰ ਸੁਣ ਲਓ ਇੱਕੋ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਮੋਦੀ ਕੰਮੀਨਾ ਮੋਦੀ ਕੁੱਤਾ ਪਤਾ ਨਹੀਂ ਜੋ ਜੋ ਦਿਲ ਕਰਦਾ ਹਰ ਬੰਦਾ ਉਹ ਗੱਲਾਂ ਕੱਢਦਾ ਪਿਆ ਕਿਉਂਕਿ ਸੱਚੀ ਮੁੱਚੀ ਮੋਦੀ ਐਡਾ ਸਿਆਣਾ ਪ੍ਰਾਈਮ ਮਿਨਿਸਟਰ ਹੈ ਮਤਲਬ ਇੱਕ ਸਟੇਜ ਹੈ ਇੱਕ ਪਦਵੀ ਹੈ ਉਹ ਜਿੱਥੇ ਪਹੁੰਚਣ ਲੱਗੇ ਬੰਦਿਆਂ ਦੀਆਂ ਜ਼ਿੰਦਗੀਆਂ ਨਿਕਲ ਜਾਂਦੀਆਂ ਉੱਥੇ ਪਹੁੰਚਣ ਤੋਂ ਬਾਅਦ ਜੇ ਬੰਦੇ ਨੂੰ ਆਪਣੀ ਪਰਜਾ ਦਾ ਦੁੱਖ ਨਹੀਂ ਦੇਖਦਾ ਆਪਣੇ ਲੋਕ ਨਹੀਂ ਦੇਖਦੇ ਸੜਕਾਂ ਤੇ ਅੱਜ ਸਾਨੂੰ ਸਵਾ ਦੋ ਮਹੀਨੇ ਢਾਈ ਮਹੀਨੇ ਤਾਂ ਇੱਥੇ ਹੋ ਚੱਲੇ ਪੰਜਾਬ ਦੋ ਤਿੰਨ ਮਹੀਨੇ ਹੋ ਚੱਲੇ ਉਹ ਤੋਂ ਪਹਿਲਾਂ ਵੀ ਜਦ ਦੇ ਕਿਸਾਨ ਸੁਸਾਈਡਸ ਕਰਦੇ ਨੇ ਉਹ ਜਦਾਂ ਇਹ ਅੰਦੋਲਨ ਤਾਂ ਪਹਿਲਾਂ ਤੋਂ ਹੀ ਚੱਲਦਾ ਪਿਆ ਹੈ ਲੇਕਿਨ ਖੁੱਲ ਕੇ ਸਾਡੇ ਲੋਕਾਂ ਨੇ ਅੱਜ ਆ ਕੇ ਬੋਲਣਾ ਸ਼ੁਰੂ ਕੀਤਾ ਜਦੋਂ ਇਹ ਲੱਗਿਆ ਕਿ ਹੁਣ ਅਸੀਂ ਮਰ ਜਾਾਂਗੇ ਸਾਰੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਖਤਮ ਹੋ ਜਾਣਗੀਆਂ ਸੋ ਹੁਣ ਆਵਾਜ਼ ਉਠਾਉਣੀ ਜ਼ਰੂਰੀ ਸੀ ਐਂਡ ਜੇ ਹੁਣ ਨਾ ਉਠਾਉਂਦੇ ਤੇ ਇਹ ਜਿਹੜਾ ਸਰਕਾਰ ਹੈ ਮੋਦੀ ਸਰਕਾਰ ਹੈ ਇੰਨੀ ਤਾਨਾਸ਼ਾਹੀ ਹੋ ਜਾਣੀ ਸੀ ਕਿ ਇਹ ਮੁੜ ਕੇ ਸੱਤੋ ਕੰਟਰੋਲ ਨਹੀਂ ਆਉਣਾ ਸੀ ਹੁਣ ਟਾਈਮ ਤਾਂ ਜ਼ਰੂਰ ਲੱਗ ਜੂ ਜਿੰਨਾ ਕੋਈ ਲੱਗਦਾ ਲੇਕਿਨ ਹੁਣ ਇਹ ਤੋਂ ਬਾਅਦ ਕੋਈ ਤਾਨਾਸ਼ਾਹੀ ਦੁਆਰਾ ਕਰੂ ਨਹੀਂ ਬੰਦਾ 26 ਤਰੀਕ ਤੋਂ ਬਾਅਦ ਦੇ ਵਿੱਚ ਲੋਕਾਂ 'ਚ ਗੱਲਾਂ ਆਮ ਸ਼ੁਰੂ ਹੋ ਗਈਆਂ ਜਿਵੇਂ ਤੁਸੀਂ ਵੀ ਦੱਸਿਆ ਹੈ ਵੀ ਲੋਕ ਕਿਸਾਨ ਘਰਾਂ ਨੂੰ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਕਿੱਦਾਂ ਦੀਆਂ ਗੱਲਾਂ ਚੱਲਦੀਆਂ ਨੇ ਇਸ ਚੀਜ਼ ਨੂੰ ਆ ਗੱਲਾਂ ਸ਼ੁਰੂ ਹੋਈਆਂ ਸੀ ਲੇਕਿਨ ਉਹ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਖਬਰਾਂ ਪਹੁੰਚੀਆਂ ਕਿ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਵਾਪਸ ਗਏ ਨੇ ਰਸਤੇ ਵਿੱਚ ਬੁੜੀਆਂ ਨੇ ਉਹਨਾਂ ਨੂੰ ਰੋਕ ਕੇ ਆਪਣੀਆਂ ਚੂੜੀਆਂ ਦਿੱਤੀਆਂ ਕਿ ਜੇ ਤੁਸੀਂ ਵਾਪਸ ਆਉਣਾ ਚੂੜੀਆਂ ਪਾ ਲਓ ਅਸੀਂ ਚੱਲੇ ਆ ਦਿੱਲੀ ਲੋਕ ਰੋ ਰੋ ਕੇ ਉੱਥੋਂ ਹੀ ਵਾਪਸ ਮੁੜੇ ਵੀ ਨਹੀਂ ਸਾਤੋਂ ਗਲਤੀ ਹੋ ਗਈ ਜਿੰਨੇ ਵੀ ਗਏ ਸੀ ਜਾਂ ਬਹੁਤਾ ਨੇ ਇਹ ਕਿਹਾ ਕਿ ਅਸੀਂ ਵਾਪਸ ਚੱਲੇ ਆ ਦੂਜਾ ਜੱਥਾ ਭੇਜਣ ਲੱਗਿਆ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਹੁਣ ਵਾਪਸ ਗਿਆ ਪਹਿਲਾਂ ਤੋਂ ਅੰਦੋਲਨ ਜਿੱਦਨ ਦਾ ਟਕੈਤ ਸਾਹਿਬ ਨੇ ਨਾ ਉਹ ਮਤਲਬ ਜੋ ਵੀ ਭਾਵਕ ਹੋ ਕੇ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਉਹ ਤੋਂ ਬਾਅਦ ਤਾਂ ਬਹੀਰਾ ਘਤ ਲੀਆਂ ਲੋਕਾਂ ਨੇ ਹੁਣ ਤਾਂ ਪਿੱਛੇ ਜਦੋਂ ਮੈਂ ਕੱਲ ਵੀ ਤੁਰਿਆ ਪੰਜਾਬ ਤੋਂ ਮਤਲਬ ਟਰੈਕਟਰ ਟਰਾਲੀਆਂ ਪਹਿਲਾਂ ਤੋਂ ਜ਼ਿਆਦਾ ਤੁੰਤਨ ਕੇ ਆ ਰਹੀਆਂ ਕਦੇ ਨਿੱਕੂ ਨੇ ਆਵਾਜ਼ ਮਾਰੀ ਸੀ ਪ੍ਰਦੇਸ਼ ਦੇ ਇੱਥੇ ਨੂੰ ਵੀ ਭਾਈ ਕਰੇ ਮੁੜਿਆ ਸੱਜਣਾ ਨਸੀਬੋ ਚੇਤੇ ਕਰਦੀ ਆ ਹੁਣ ਜਿਹੜੇ ਇੱਥੇ ਬੈਠੇ ਨੇ ਕਿਸਾਨ ਇਹਨਾਂ ਦੀ ਨਸੀਬੋ ਨਹੀਂ ਕਰੇ ਯਾਦ ਕਰਦੀ ਬਈ ਨਸੀਬੋ ਸਭ ਦੀਆਂ ਯਾਦ ਕਰਦੀਆਂ ਨੇ ਹੁਣ ਜਿਹੜੇ ਲੋਕ ਪ੍ਰਦੇਸਾਂ ਚ ਚਲੇ ਜਾਂਦੇ ਜਿਨ੍ਹਾਂ ਨੂੰ 10-10 ਸਾਲ 15-15 ਸਾਲ ਨਿਕਲ ਜਾਂਦੇ ਆ ਘਰੇ ਆਪਣੇ ਬੱਚਿਆਂ ਦੇ ਮੂੰਹ ਦੇਖਦੇ ਆ ਆਪਣੀਆਂ ਵਾਟੀਆਂ ਦੇ ਸੱਜਵੇ ਆਂ ਵਾਟੀਆਂ ਚੜ੍ਹ ਕੇ ਚਲੇ ਜਾਂਦੇ ਨੇ ਉਹਨਾਂ ਦੀ ਵੀ ਜ਼ਿੰਦਗੀ ਹੈ ਆ ਤਾਂ ਸਾਨੂੰ ਪਤਾ ਕਿ ਅੰਦੋਲਨਾਂ ਦੋ ਮਹੀਨੇ ਨਹੀਂ 4 ਮਹੀਨੇ 6 ਮਹੀਨੇ ਹੋ ਜਾਊਗਾ ਕਿੰਨਾ ਕੁ ਲੰਬਾ ਕਿਉਂਕਿ ਜੇ ਹੁਣ ਅਸੀਂ ਉੱਠ ਗਏ ਇਤੋਂ ਹੁਣ ਸਾਨੂੰ ਆਪ ਦੇ ਘਰਾਂ ਦਾ ਫਿਕਰ ਪੈ ਗਿਆ ਨਾ ਫਿਰ ਮੁੜ ਕੇ ਸਾਰੀ ਜ਼ਿੰਦਗੀ ਲੋਟ ਨਹੀਂ ਹੋਣਾ ਐਂਡ ਅਸੀਂ ਕਿੰਨੇ ਪਿੱਛੇ ਚਲੇ ਜਾਵਾਂਗੇ ਅਸੀਂ ਸੋਚ ਨਹੀਂ ਸਕਦੇ ਨਿੱਕੂ ਬਹੁਤ ਵਾਰ ਸਟੇਜ ਤੇ ਹਾਜ਼ਰੀ ਲਵਾ ਕੇ ਗਿਆ ਅੱਜ ਕੀ ਨਵਾਂ ਬੋਲਣ ਜਾ ਰਹੇ ਹੋ 2 ਮਿੰਟ ਸਾਨੂੰ ਵੀ ਦੱਸ ਦਿਓ ਅੱਜ ਤਾਂ ਸੱਚੀ ਮੁੱਚੀ ਹੁਣ ਬੋਲਣ ਨੂੰ ਕੁਝ ਨਹੀਂ ਜੀ ਕਰਦਾ ਨਾ ਗਾਉਣ ਨੂੰ ਜੀ ਕਰਦਾ ਨਾ ਇੱਥੇ ਗਾਉਣ ਵਾਲਾ ਕਦੇ ਹੁਣ ਬਣ ਕੇ ਆਇਆ ਇੱਥੇ ਕਿਸਾਨਾਂ ਦੇ ਭਰਾ ਬਣ ਕੇ ਕਿਸਾਨਾਂ ਦੇ ਬੱਚੇ ਬਣ ਕੇ ਇੱਥੇ ਆਉਨੇ ਆ ਸਾਰੇ ਆਰਟਿਸਟ ਸਾਨੂੰ ਇਹ ਹੁੰਦਾ ਕਿ ਸਾਨੂੰ ਦੇਖ ਕੇ ਜੇ ਚਾਰ ਬੰਦਿਆਂ ਨੂੰ ਹੋਰ ਹੌਸਲਾ ਹੁੰਦਾ ਤੁਰਨ ਲਈ ਤੇ ਚੰਗੀ ਗੱਲ ਹੈ ਸਾਡਾ ਵੀ ਫਰਜ਼ ਆ ਸਾਨੂੰ ਵੀ ਅੰਦਰੋਂ ਮੈਂ ਜਿੰਨੇ ਦਿਨ ਵੀ ਜਦੋਂ ਇੱਥੋਂ ਵਾਪਸ ਕਰ ਜਾਣਾ ਨਾ ਸੱਚ ਪੁੱਛਿਓ ਕਈ ਮਜਬੂਰੀਆਂ ਨੇ ਜਿਹਦੇ ਕਰਕੇ ਵਾਪਸ ਜਾਣਾ ਪੈਂਦਾ ਕਿਉਂਕਿ ਪਿਛਲੇ 8 ਸਾਲਾਂ ਤੋਂ ਮੈਂ ਆਪਣੀ ਲਾਈਨ ਵਾਟਸਾਲਾ ਚ ਜਿਹੜੀ ਵੀ ਡਾਊਨਫਾਲ ਦੇ ਵਿੱਚ ਪ੍ਰੋਬਲਮਸ ਆਈਆਂ ਉਹਨਾਂ ਨੂੰ ਫਿਨਿਸ਼ ਕਰਨ ਲਈ ਖਤਮ ਕਰਨ ਲਈ ਮੈਨੂੰ ਰੂਟੀਨ ਦੇ ਵਿੱਚ ਬਹੁਤ ਕੁਝ ਕਰਨਾ ਪੈਂਦਾ ਲੇਕਿਨ ਉਹਦੇ باوجود ਇੱਥੇ ਨੂੰ ਭੱਜਣ ਦੀ ਜਿਹੜੀ ਅੰਦਰ ਇੱਕ ਖਿੱਚ ਹੈ ਨਾ ਉਹ ਤੜਪ ਜਦੋਂ ਲੱਗਦੀ ਹੈ ਮੈਂ ਕਈ ਵਾਰ ਇਕੱਲਾ ਬੈਠ ਕੇ ਰੋਹਿਆ ਰਾਤ ਨੂੰ ਜਦੋਂ ਟੀਵੀ ਤੇ ਨਿਊਜ਼ ਦੇਖਦੇ ਆ ਕਿ ਉੱਥੇ ਇੱਕ ਜਿੱਦਨਾ 26 27 ਨੂੰ ਹੋਇਆ ਨਾ ਜਿਹੜੇ ਉਹ ਨੌਜਵਾਨਾਂ ਦੇ ਲਾਠੀਆਂ ਜਦੋਂ ਮਾਰੀਆਂ ਨੇ ਮਤਲਬ ਉਹ ਸੋਚ ਕੇ ਵੀ ਅੰਦਰ ਲੂਣਿਆ ਜਾਂਦਾ ਯਾਰ ਇਦਾਂ ਹੋ ਜਾਂਦਾ ਵੀ ਲੂਹਿਆ ਜਾਂਦਾ ਵੀ ਯਾਰ ਕਿਉਂ ਕੀ ਸੋਚਦੇ ਕੀ ਨੇ ਇਹ ਚਾਹੁੰਦੇ ਕੀ ਨੇ ਸਾਡੇ ਬੱਚਿਆਂ ਨੂੰ ਇਦਾਂ ਮਾਰ ਕੇ ਕੀ ਹਾਸਲ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਸਾਡਾ ਦਰਦ ਮਹਿਸੂਸ ਨਹੀਂ ਹੁੰਦਾ ਜਿਹੜੀ ਅਸੀਂ ਗੱਲ ਕਹਿਣੀ ਚਾਹੁੰਦੇ ਆ ਉਹ ਇੰਨਾ ਕੋਈ ਅਲਜਬਰੇ ਦਾ ਸਵਾਲਾ ਜਿਹੜਾ ਮੋਦੀ ਨੂੰ ਸਮਝ ਨਹੀਂ ਆ ਰਿਹਾ ਇਹ ਅਨਪੜ੍ਹ ਬੰਦਾ ਹੈ ਛੋਟੀ ਜੀ ਗੱਲ ਹੈ ਜਿਹੜੇ ਕਹਿੰਦੇ ਨੇ ਇਸ ਦਾ ਜਿਹੜੇ ਕਾਨੂੰਨ ਨੇ ਉਹਦੇ ਵਿੱਚੋਂ ਸਾਰੀਆਂ ਸੋਧਾਂ ਕਰਕੇ ਸਾਰੀਆਂ ਚੀਜ਼ਾਂ ਬਾਹਰ ਕੱਢਤੀਆਂ ਜਦੋਂ ਖਾਲੀ ਕਾਨੂੰਨ ਲਈ ਬੈਠੇ ਉਹਨੂੰ ਖਤਮ ਕਰ ਦਿਓ ਯਾਰ ਕਿਹੜੀ ਜੱਦ ਲੈ ਕੇ ਬੈਠੇ ਨੇ ਇਹ ਹੁਣ ਬੇਵਜਾ ਦਾ ਧੌਣ ਚ ਕੀ ਲੜਿਆ ਹੋਇਆ ਵੱਡੇ ਵੱਡੇ ਰਾਜਿਆਂ ਦੇ ਧੌਣ ਚ ਕਿਲੇ ਨਿਕਲ ਨਿਕਲੇ ਨੇ ਕਿਸਾਨ ਕਹਿੰਦੇ ਨੇ ਵੀ ਕਿਲਾ ਕੱਢ ਕੇ ਜਾਵਾਂਗੇ ਕੱਢ ਕੇ ਜਾਣਗੇ ਕਿਸਾਨਾਂ ਦਾ ਕੰਮ ਕਿਲਿਆਂ ਨਾਲ ਵਾਪੈਂਦਾ ਕਿਸਾਨਾਂ ਦਾ ਰੋਜ਼ ਅੱਛਾ ਕਿ ਕਿਲਾ ਤੇ ਇੱਕ ਦੂਜਾ ਕਿਲਾ ਚਾਹੇ ਕਿਲੇ ਹੋਣ ਚਾਹੇ ਮੱਝਾਂ ਵਾਲੇ ਕਿਲੇ ਹੋਣ ਚਾਹੇ ਧੌਣ ਚ ਕਿਲਾੜਾ ਵੇ ਜਾਣਦੇ ਨੇ ਕੱਢਣਾ ਹੈ ਕੀ ਦੇ ਵਿੱਚ ਨਿੱਕੂ ਸਾਹਿਬ ਤੁਸੀਂ ਦਸਤਾਰ ਬੰਨਦੇ ਹੋ ਜਦੋਂ ਪੱਗ ਸਜਾਉਂਦੇ ਹੋ ਤਾਂ ਤੁਹਾਡਾ ਇੱਕ ਇਦਾਂ ਦਾ ਦੌਰ ਸੀਗਾ ਅਸੀਂ ਖੁਦ ਵੇਖਿਆ ਵੀ ਅਸੀਂ ਤੁਹਾਨੂੰ ਦੇਖ ਕੇ ਪੱਗਾਂ ਸਜਾਉਣੀਆਂ ਸ਼ੁਰੂ ਕਰਤੀਆਂ ਸੀ ਆ ਜਿਹੜੀ ਤਿੱਖੀ ਚੁੰਝ ਵਾਲੀ ਪੱਗ ਸੀਗੀ ਤੁਹਾਨੂੰ ਦੇਖ ਦੇ ਕੇ ਅਸੀਂ ਵੀ ਬੰਨਣੀ ਸਿੱਖੀ ਸੀ ਹੁਣ ਆ ਜੁਗ ਆ ਗਿਆ ਅਸੀਂ ਇਦਾਂ ਦੀਆਂ ਬੰਨਣੀਆਂ ਸ਼ੁਰੂ ਕਰਤੀਆਂ ਦਸਤਾਰ ਤਾਂ ਦਸਤਾਰ ਹੈ ਜੀ ਉਹ ਜਿਹੜਾ ਕਈ ਵਾਰ ਕੀ ਹੁੰਦਾ ਫੈਸ਼ਨ ਹੈ ਲੇਕਿਨ ਜਦੋਂ ਮੇਰੇ ਵਾਲਾ ਦੌਰ ਆਇਆ ਨਾ ਮੈਨੂੰ ਆਪ ਨੂੰ ਵੀ ਜਦੋਂ ਫਕਰ ਹੋਇਆ ਕਿ ਮੈਨੂੰ ਜਦੋਂ ਲੋਕ ਕਹਿੰਦੇ ਸੀ ਕਿ ਮਾਵਾ ਨੇ ਕਹਿਣਾ ਸਾਡੇ ਬੱਚਿਆਂ ਨੇ ਤੁਹਾਨੂੰ ਦੇਖ ਕੇ ਪੱਗਾਂ ਬੰਨਣੀਆਂ ਉਤੋਂ ਬਾਅਦ ਮੈਨੂੰ ਵੀ ਫਿਰ ਜਦੋਂ ਹਣ ਦਸਤਾਰ ਸਜਾਉਣਾ ਮੈਨੂੰ ਫਕਰ ਹੋਣ ਲੱਗਦਾ ਆਪਣੇ ਆਪ ਤੇ ਤਾਈਓ ਤੁਸੀਂ ਇਹ ਦਸਤਾਰ ਚੇਂਜ ਨਹੀਂ ਕੀਤੀ ਮੈਂ ਚੇਂਜ ਨਹੀਂ ਕੀਤੀ ਜੀ ਮੈਂ ਦੂਜੀਆਂ ਵਿੱਚ ਜਿਵੇਂ ਕਰੈਕਟਰ ਵਾਈਜ਼ ਕਈ ਵਾਰ ਬਣੀਆਂ ਨੇ ਹੁਣ ਇੱਕ ਦੋ ਗਾਣੇ ਆਉਣੇ ਉਹਨਾਂ ਦੇ ਵਿੱਚ ਉਹ ਦੂਜਾ ਸਟਾਈਲ ਬੰਨਿਆ ਹੋਇਆ ਜਿਵੇਂ ਪਿੰਡਾਂ ਵਾਲੇ ਦੇਸੀ ਜਿਹੜਾ ਉਹ ਮੜਾ ਸਾਟਾ ਹੀ ਬੰਦੇ ਨੇ ਜਾਂ ਲੜਾਣੀਆਂ ਜਨਾਂ ਲੇਕਿਨ ਜਿਹੜਾ ਮੇਰਾ ਆਪਣਾ ਸਟਾਈਲ ਹੈ ਨਿੱਕੂ ਦਾ ਇਹਦ ਨੇ ਲੱਗਦਾ ਹੁਣ ਫਿਰ ਦੋਸਤਾਂ ਮਿੱਤਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਖਾਸ ਕਰ ਪੰਜਾਬ ਹਰਿਆਣੇ ਦੇ ਜਿਹੜੇ ਨੌਜਵਾਨ ਨੇ ਇੱਕਾ ਨਜ਼ਰੀ ਪ ਇਕ ਤਾਂ ਸੱਚੀ ਮੁੱਚੀ ਏਕਾ ਜਿਹੜਾ ਵਾਇਗਰੂ ਏਦਾਂ ਬਰਕਰਾਰ ਰੱਖੇ ਅਸੀਂ ਰਾਤ ਵੀ ਜਿਹੜਾ ਲੰਗਰ ਛਕਿਆ ਹਰਿਆਣੇ ਵਾਲੇ ਭਰਾ ਨੇ ਸਾਨੂੰ ਛਕਾਇਆ ਸਵੇਰੇ ਸਾਹਮਣੇ ਪੂਰੀਆਂ ਖਾਧੀਆਂ ਤੇ ਉਸ ਤੋਂ ਬਾਅਦ ਦੁੱਧ ਕਿਸ ਨੇ ਪਲਾਇਆ ਉਹ ਬਦਾਮ ਕਿਸ਼ਮਿਸ ਬਸ ਤਾਰਾ ਕੁਝ ਪਾ ਕੇ ਹੈਨਾ ਤੇ ਹੁਣ ਵੀ ਹਾਕਾ ਮਰਦੇ ਸੀ ਆ ਖਾ ਲੋ ਖਾ ਲੋ ਪਰ ਢਡਵੀਆਂ ਮਤ ਇਨੋ ਲੈ ਕੇ ਹਟਿਆ ਹਣ ਇੱਕ ਚੀਜ਼ ਤੁਸੀਂ ਹੋਰ ਦੇਖੀ ਹੈ ਹਰਿਆਣੇ ਵਾਲਿਆਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਹਿੰਦੀ ਗੀਤ ਲਾਉਣੇ ਸ਼ੁਰੂ ਕੀਤੇ ਤੇ ਹੁਣ ਜਿੱਥੇ ਵੀ ਦੇਖੋ ਹਰਿਆਣਿਆਂ ਵਾਲੇ ਦੇ ਪੰਜਾਬੀ ਉਹ ਘੜਕਦੇ ਆਉਂਦੇ ਨੇ ਉਹ ਪਿੱਛੇ ਕਰਦੇ ਸੀ ਭਾਈ ਆਪਕਾ ਤਾਂ ਜਦ ਢੋਲ ਖੜਕਦਾ ਹੈ ਹਮ ਤਾਂ ਬਸ ਤੱਬ ਹੀ ਹਮਾਰੇ ਭੰਗੜਾ ਸ਼ੁਰੂ ਹੋ ਜਾਂਦਾ ਹੈ ਇਹ ਕਹਿੰਦੇ ਸਮਝ ਆਉਂਦੀ ਹੈ ਗਾਣਿਆਂ ਦੀ ਨਹੀਂ ਉਹਨਾਂ ਨੂੰ ਸਮਝ ਆਉਂਦੀ ਹੈ ਉਹਨਾਂ ਵਾਲੀ ਥੋੜੀ ਜੀ ਆਪਣੇ ਉੱਪਰ ਚ ਨਿਕਲ ਜਾਂਦੀ ਹੈ ਉਹ ਧਾਰੇ ਮਾਰੇ ਜ਼ਿਆਦਾ ਕਰ ਜਾਂਦੇ ਨੇ ਅਖੀਰ ਦੇ ਵਿੱਚ ਵੀਰ ਜੀ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨੇਹਾ ਇੱਕੋ ਹੀ ਹੈ ਡਟੇ ਰਹੋ ਹੁਣ ਘਰੇ ਘਰੀ ਜਾਣ ਦਾ ਵੇਲਾ ਨਹੀਂ ਹੈਗਾ ਹੁਣ ਵਾਪਸ ਆਜੋ ਸਾਰੇ ਅੰਦੋਲਨ ਚ ਅੰਦੋਲਨ ਚ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ लाठी चार्ज ਨਹੀਂ ਇੱਥੇ ਉਹ ਸਿਰਫ ਦੋ ਇਨਾਂ ਨੇ ਡਰਾਮਾ ਕੀਤਾ ਸੀ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬੈਠ ਜਾਵੇ ਤੇ ਲੋਕ ਵਾਪਸ ਚਲੇ ਜਾਣ। ਭਲਾ ਹੋਵੇ ਤਕੈਤ ਸਾਹਿਬ ਦਾ ਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਭੈਣ ਭਰਾ ਉਸ ਟਾਈਮ ਉੱਥੇ ਮੌਜੂਦ ਸੀ ਸੱਚੀ ਮੂੱਚੀ ਮੈਨੂੰ ਲੱਗਦਾ ਕਿ ਰੱਬ ਨੇ ਆਪ ਉਸ ਟਾਈਮ ਉਹਨਾਂ 'ਚ ਪ੍ਰਵੇਸ਼ ਕਰਕੇ ਉਹਨਾਂ ਦੇ ਜ਼ੁਬਾਨ ਤੋਂ ਉਹ ਵਰਡ ਕਢਵਾਏ ਤੇ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਉਹ ਅਸਰ ਕੀਤਾ ਪੂਰੀ ਦੁਨੀਆ ਦੇ ਦਿਲਾਂ ਤੇ ਛਾਪ ਛੱਡੀ ਤੇ ਪੂਰੀ ਦੁਨੀਆ ਇਸ ਟਾਈਮ ਘਰਾਂ ਤੋਂ ਨਿਕਲ ਕੇ ਦਿੱਲੀ ਨੂੰ ਕੂਚ ਕਰ ਚੁੱਕੀ ਆ ਬਹੁਤ ਲੋਕ ਪਹੁੰਚ ਚੁੱਕੇ ਨੇ ਬਾਹਰ ਦੇਖੋ ਜਾਮ ਲੱਗੇ ਪੈਨੇ ਕਿਥੋਂ ਗੱਡੀਆਂ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ। ਅਸੀਂ ਹੁਣ ਉਧਰ ਸਟੇਜ ਵੱਲ ਨੂੰ ਜਾ ਰਹੇ ਹਾਂ ਲੇਕਿਨ ਅਲੱਗੇ ਮਜ਼ੇ ਆਏ ਥੇ ਹੁਣ ਘਰੇ ਬੈਠਣ ਦਾ ਵੇਲਾ ਨਹੀਂ ਤੇ ਮੋਦੀ ਨੂੰ ਇਹ ਗੱਲ ਅੱਜ ਨਹੀਂ ਕੱਲ ਸਮਝ ਲੱਗ ਜਾਣੀ ਹੈ ਸਮਝ ਤਾਂ ਲੱਗ ਚੁੱਕੀ ਹੈ ਮਤਲਬ 26 ਤਰੀਕ ਨੂੰ ਵੀ ਸਵੇਰੇ ਸਵੇਰੇ ਦੇਖਦਾ ਸੀ ਜਦੋਂ ਪਰੇਡ ਚੱਲਦੀ ਸੀ ਆਪਾਂ ਇਹ ਪਰੇਡ ਤੇ ਜਾਣਾ ਸੀ ਮੈਂ ਉੱਥੋਂ ਘਰੇ ਕਿਸ ਦੇ ਮਿੱਤਰ ਦੇ ਸੀ ਉੱਥੋਂ ਨਿਕਲੇ ਆ ਅਸੀਂ ਵੀ ਤੁਹਾਨੂੰ ਦੇਖਿਆ ਸੀ ਟਰੈਕਟਰ ਖਿੱਚੀ ਜਾਂਦੇ ਸੀ ਤੁਸੀਂ ਖਿੱਚੀ ਜਾਂਦੇ ਸੀ ਮੈਂ ਉਹ ਜਦੋਂ ਘਰੋਂ ਨਿਕਲ ਲਗਾ ਟੀਵੀ ਦੇਖਦਾ ਸੀ ਨਿਊਜ਼ ਤੇ ਪਰੇਡ ਉਧਰ ਚੱਲਦੀ ਆ ਵਿੱਚ ਇਸ ਲੂਟ ਮਾਰੀ ਜਾਂਦਾ ਮੋਦੀ ਤੇ ਵਿੱਚੇ ਨਾਲ ਹੀ ਦਰੋਂ ਸਾਈਡ ਤੇ ਟੈਬ ਰੱਖੀ ਹੋਈ ਹੈ ਟੈਪ ਦੇਖ ਲੈਂਦਾ ਕਿ ਕਿਸਾਨ ਕੀ ਕਰਦੇ ਨੇ ਅੱਛਾ ਅੱਛਾ ਦਿਮਾਗ ਉਹਦਾ ਇੱਥੇ ਸੀ ਅੱਜ ਵੀ ਇੱਥੇ ਹੈ ਲੇਕਿਨ ਮਨ ਔਖਾ ਕਿਉਂ ਮੰਨ ਰਿਹਾ ਮੇਰੇ ਪੱਲੇ ਨਹੀਂ ਪੈਂਦੀ ਕਦੋਂ ਮੰਨਣਾ ਮੋਦੀ ਸਾਹਿਬ ਮੰਨ ਜਾਓ ਕਿਸਾਨਾਂ ਦੀਆਂ ਜਿਹੜੀਆਂ ਦਰਸੀਸਾਂ ਨੇ ਨਾ ਜਿੱਦਣ ਸਾਡੇ ਕਿਸੇ ਬਜ਼ੁਰਗ ਦੀ ਕੋਈ ਦਰਸੀਸ ਲੱਗੀ ਨਾ ਜਿਹੜੇ ਤੁਸੀਂ ਦੌਰਿਆਂ ਤੇ ਫਿਰਦੇ ਹੋ ਨਾ ਜਦੋਂ ਇਲੈਕਸ਼ਨਾਂ ਲਈ ਨਿਕਲਣਾ ਤੁਸੀਂ ਕਿਸੇ ਦੌਰਿਆਂ 'ਚੇ ਦੌਰਾ ਪਾ ਜਾਣਾ ਤੁਹਾਨੂੰ ਇਹ ਬਹੁਤ ਦਰਸੀਸਾਂ ਜਿਹੜੀਆਂ ਅੰਦਰੋਂ ਤੋਂ ਨਿਕਲਦੀਆਂ ਹਨ ਨਾ ਬਹੁਤ ਬੁਰੀਆਂ ਹੁੰਦੀਆਂ ਮੇਰੀ ਗੱਲ ਯਾਦ ਰੱਖਿਓ ਇਹ ਜਲਦੀ ਮੰਨ ਜਾਓ ਜਿੰਨੀ ਜਲਦੀ ਮੰਨੋਗੇ ਚੰਗੇ ਰਹੋਗੇ ਮੰਨਣਾ ਤੇ ਪੈਣਾ ਅੱਜ ਨਹੀਂ ਕੱਲ ਜਲਦੀ ਮੰਨੋਗੇ ਸੌਕੇ ਰਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਮਾਂ ਹੋ ਗਿਆ ਇਹ ਸਨ ਇੰਦਰਜੀਤ ਸਿੰਘ ਨਿੱਕੂ ਜੀ ਕਲਾਕਾਰ ਨੇ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਵੀ ਹਾਂ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਨੇ ਪੰਜਾਬ ਤੋਂ ਕਹਿੰਦੇ ਅਸੀਂ ਸੁਨੇਹਾ ਇਹੀ ਲੈ ਕੇ ਆਏ ਆ ਵੀ ਤਕੜੇ ਹੋ ਕੇ ਜਿਹੜਾ ਉਹ ਲੱਗੇ ਰਹੋ ਟੈਂਟ ਦੇ ਵਿੱਚ ਸੌਂਦੇ ਨੇ ਹਰਿਆਣੇ ਵਾਲਿਆਂ ਨਾਲ ਗੱਲਾਂ ਬਾਤਾਂ ਕਰਦੇ ਨੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਇੱਥੇ ਸਨੇਹਾ ਹੀ ਦੇਣ ਆਏ ਨੇ ਜਿਵੇਂ ਹੁਣ ਕਹਿੰਦੇ ਅਸੀਂ ਸਟੇਟ ਤੇ ਚੱਲੇ ਆਂ ਗੀਤ ਗਾਉਣ ਨੂੰ ਦਿਲ ਨਹੀਂ ਕਰਦਾ ਕੁਝ ਕਹਿਣ ਨੂੰ ਜੀ ਨਹੀਂ ਕਰਦਾ ਬਸ ਇਹੀ ਦਿਲ ਕਰਦਾ ਵੀ ਕਿਸਾਨਾਂ ਦੇ ਵਿੱਚ ਵਿਚਰੀਏ ਤੇ ਲੱਗੇ ਰਹੀਏ ਹੌਸਲਾ ਵਯਾਈ ਕਰਦੇ ਰਹੀਏ ਜਿੰਨੇ ਮੇਰੇ ਫੋਲਰ ਹੋਣਗੇ ਨਿੱਕੂ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਹੱਥ ਜੋੜ ਕੇ ਵੀ ਇਹ ਸੰਘਰਸ਼ ਹੈ ਹੁਣ ਦੌੜੀਏ ਇਧਰ ਨੂੰ ਭੱਜੀਏ ਹੁਣ ਘਰੇ ਬੈਠਣ ਦਾ ਸਮਾਂ ਨਹੀਂ ਰਿਹਾ ਮੋਦੀ ਨੂੰ ਲੈ ਕੇ ਬੜੀਆਂ ਪਿਆਰੀਆਂ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਕਹਿੰਦੇ ਮੋਦੀ ਸਾਹਿਬ ਉਧਰੋਂ ਤੇ ਗਣਤੰਤਰ ਦਿਵਸ ਦੇ ਉੱਪਰ ਝੰਡਾ ਲਹਿਰਾਉਣ ਦੀ ਰਸਮ ਸੀ ਉਧਰ ਤੇ ਸਲੂਟ ਮਾਰੇ ਜਾ ਰਹੇ ਸੀ ਉਧਰ ਨਾਲ ਦੀ ਨਾਲ ਟੈਬ ਦੇ ਉੱਪਰ ਕਿਸਾਨਾਂ ਦੀ ਵੀਡੀਓ ਦੇਖਦੇ ਹੋਏ ਨਜ਼ਰੀ ਪੈ ਰਹੇ ਸੀ ਇੰਨੀ ਕੁ ਸਾਫ ਦਾ ਕਹਿਣਾ ਹੈ ਬਹੁਤ ਬਹੁਤ ਧੰਨਵਾਦ